ਖਾਤਰ ਵੀ ਇਹ ਵੀ ਬੰਦੇ ਆਏ ਆ ਮੱਥਾ ਟੇਕਣ, ਸਾਨੂੰ ਅਸੀਂ ਪੁੱਠੇ ਮੁੜਾਂਗੇ ਫਿਰ ਹੁਣ? ਅਸੀਂ ਹੁਣ ਧਰਮ ਧਰਮ ਵੀ ਬਦਲ ਸਕਦੇ ਹਾਂ, ਹੋਰ ਦੱਸੋ ਸਾਨੂੰ ਵੀ ਇਹੋ ਜਿਹੇ ਧਰਮ ਦੀ ਲੋੜ, ਸਿੱਖ ਧਰਮ ਦੀ? ਫਿਰ ਜਿਹੜਾ ਗੁਰੂ ਨਾਨਕ ਦੇਵ ਜੀ 550 ਸਾਲ ਦੇ ਅਸੀਂ ਧਰਮ ਬਦਲਾਂਗੇ, ਆਹ ਅੰਗਰੇਜ਼ ਫਿਰਦੇ, ਆਹ ਦੇਖੋ ਅੰਗਰੇਜ਼ ਫਿਰਦੇ ਆ ਇਹਨਾਂ ਦੇ ਦੇਸ਼ਾਂ 'ਚ, ਹੈਂਡੀਕੈਪ ਨੂੰ ਕਿੰਨੀ ਪ੍ਰਾਇਰਟੀ ਹੈ, ਹੈ ਜਿੱਥੇ ਜਿੱਥੇ ਵੀ ਹੈਂਡੀਕੈਪ ਹੈ ਤਾਂ ਬੰਦੇ ਦੂਰ ਹੋ ਜਾਂਦੇ, ਗੱਡੀਆਂ ਵੀ ਰੁਕ ਜਾਂਦੀਆਂ, ਹੈ ਇੱਕ ਆਪਣੇ ਦੇਸ਼ 'ਚ ਧਾਰਮਿਕ ਘੱਟੋ ਘੱਟ ਤੁਸੀਂ ਧਾਰਮਿਕ ਸਥਾਨ ਨੂੰ ਤਾਂ ਬਖਸ਼ ਦਿਓ, ਉਹ ਤਾਂ ਇੱਕ ਉੱਥੇ ਤਾਂ ਸਾਰੇ ਬਰਾਬਰ ਸਾਂਝੀ ਵਾਲਤਾ ਦਾ ਸੰਦੇਸ਼ ਦੇ ਦਿਓ। ਬਿਲਕੁਲ ਸਰ, ਮੈਂ ਇੱਥੇ ਹੁਣ ਮੇਰੇ ਮਿਸਿਜ ਨੇ ਹੈਂਡੀਕੈਪ ਆ, ਮੈਨੂੰ ਵੀਲ ਚੇਅਰ ਨੂੰ ਕਿਵੇਂ ਧੱਕਾ ਲਾ ਦੇਣਗੇ? ਬੋਲੋ, ਅੱਗੇ ਕਹਿੰਦੇ ਵੀ ਸਾਡਾ ਬੰਦਾ ਇੱਕ ਪਿੱਠ 'ਤੇ ਚੱਕ ਕੇ ਚਲੇਗਾ, ਅਸੀਂ ਇਹਨਾਂ ਦੇ ਬੋਝ ਹਾਂ, ਮਤਲਬ ਕਿ ਪਿੱਠ 'ਤੇ ਇਹਨਾਂ ਦੇ ਪਿੱਠ 'ਤੇ ਚੜੀਏ, ਇਹ ਤਾਂ ਡਿਸਗ੍ਰੇਸ ਹੈ ਸਾਡੇ ਵਾਸਤੇ, ਅਤੇ ਇਹ ਸਾਡੇ ਦੇ ਬੋਝ ਹੈ, ਇਹ ਆਪਣੇ ਪਰਿਵਾਰ ਪਾਲ ਰਹੇ ਸੰਗਤ ਦੇ ਪੈਸੇ 'ਤੇ, ਇਹ ਸਾਡੇ ਦੇ ਬੋਝ ਹੈ, ਅਸੀਂ ਇਹਨਾਂ ਦੇ ਬੋਝ ਕਿਉਂ ਮੜੀ ਹੈ? ਜਦੋਂ ਅਸੀਂ ਜਾ ਕੇ ਮੱਥਾ ਟੇਕ ਸਕਦੇ ਹਾਂ, ਸਾਡੀ ਵੀਲ ਚੇਅਰ ਨੂੰ ਅਲਾਓ ਕਿਉਂ ਨਹੀਂ ਕਰਿਆ ਜਾਂਦਾ? ਸ਼੍ਰੋਮਣੀ ਕਮੇਟੀ ਉਹ ਕਹਿੰਦੇ ਗੁਰੂ ਘਰ ਦੀ ਵੀ ਮਰਿਆਦਾ ਵਾ, ਉਹਨਾਂ ਨੂੰ ਵੀ ਆਪਾਂ ਮੰਨਣਾ ਵਾ, ਅਸੀਂ ਇਹਨਾਂ 'ਤੇ ਬੋਝ ਨਹੀਂ ਹਾਂ, ਇਹ ਸਾਡੇ 'ਤੇ ਬੋਝ ਹੈ, ਅਸੀਂ ਇਹਨਾਂ ਨੂੰ ਅਹਿਸਾਸ ਕਰਾਉਣਾ ਚਾਹੁੰਦੇ ਹਾਂ, ਇਹ ਸੰਗਤ ਦੇ ਪੈਸੇ 'ਤੇ ਆਪਣੇ ਪਰਿਵਾਰ ਪਾਲ ਰਹੇ ਹਾਂ, ਸਾਡੇ ਬੋਝ ਤਾਂ ਆਪ ਕਮਾ ਰਹੇ ਹਾਂ, ਅਸੀਂ ਕਿਵੇਂ ਨੌਕਰੀਆਂ 'ਤੇ ਲੱਗੇ ਹੋਣੇ, ਕਿਵੇਂ ਕਮਾਉਂਦੇ ਹਾਂ, ਅਸੀਂ ਇਹਨਾਂ ਵਾਂਗੂ ਥੋੜ੍ਹਾ ਕਮਾ ਰਹੇ ਹਾਂ? ਹੈਂ, ਇਹਨਾਂ ਨੇ ਪੋਲੀਟੀਕਲ ਅੱਡਾ ਬਣਾਇਆ ਹੋਇਆ ਇੱਥੇ, ਇੱਥੇ ਮਸੰਦਾਂ ਦਾ ਰਾਜ ਹੋ ਗਿਆ, ਇਹਨਾਂ ਮਸੰਦਾਂ ਨੂੰ ਕੱਢਣਾ ਪਏਗਾ, ਜਾਂ ਇਹ ਆਪਣੇ ਰੂਲ ਚੇਂਜ ਕਰ ਦੇਣ, ਜਾਂ ਸਾਨੂੰ ਅਲਾਓ ਕਰਨਾ, ਨਹੀਂ ਤਾਂ ਅਸੀਂ ਆਪਣਾ ਡੇਰਾ ਜਾਂ ਡੇਰੇ ਵੱਲ ਜਾਵਾਂਗੇ, ਜਾਂ ਸਿੱਖ ਧਰਮ ਬਦਲਾਂਗੇ। ਠੀਕ ਹੈ, ਜੇ ਮੈਨੂੰ ਕੋਈ ਇਹੋ ਜਿਹਾ ਬੰਦਾ ਸਮਝਦਾ ਵੀ ਇਹ ਬੰਦਾ ਗਲਤ ਬੋਲ ਰਿਹਾ, ਮੈਂ ਗੋਲੀ ਖਾਣ ਨੂੰ ਤਿਆਰ ਹਾਂ, ਲੈ ਵੀ ਜਿਹੜਾ ਵੀ ਯਾਰ ਇਹਨਾਂ ਦਾ ਜਿਹੜੇ ਵੀ ਇਹ ਸਿਕਿਉਰਿਟੀ ਵਾਲੇ ਖੜੇ ਕਰਨ ਮੇਰੇ ਨਾਲ ਜੋ ਮਰਜ਼ੀ ਕਰਨ, ਇਹ 550 ਸਾਲ ਇਹਦੇ ਸ਼ਰਧਾਂਜਲੀ ਦੇ ਰਹੇ ਹੈ ਗੁਰੂ ਨਾਨਕ ਨੂੰ, ਇਹ ਉਹ ਕਰ ਰਹੇ ਹੈ ਹੈਂਡੀ ਵੀ ਇੱਕ ਉਹਨਾਂ ਨੇ ਤਾਂ ਸਾਨੂੰ ਗਲਤ ਗੱਲਾਂ ਲਾਇਆ ਸੀ, ਇਹ ਸਾਨੂੰ ਧੱਕੇ ਮਾਰ ਰਹੇ ਹੈ, ਇਹ ਆਈਡੀਓਲੋਜੀ ਕਿਹੜੀ ਕਿਹੜੇ ਗੁਰੂ ਨਾਨਕ ਦੀ ਹੈ? ਠੀਕ ਹੈ ਜੀ, ਜੇ ਤੁਹਾਨੂੰ ਅੰਦਰ ਨਾ ਜਾਣ ਦਿੱਤਾ ਕੀ ਅਗਲਾ ਸਟੈਪ ਕੀ ਹੋਏਗਾ? ਅਸੀਂ ਤਾਂ ਜਾਂ ਤਾਂ ਕਿਸੇ ਡੇਰੇ ਵੱਲ ਜਾਵਾਂਗੇ, ਠੀਕ ਹੈ, ਜਾਂ ਫਿਰ ਸਿੱਖ ਧਰਮ ਬਦਲਾਂਗੇ, ਹੋਰ ਕੋਈ ਧਰਮ ਅਸੀਂ ਅਪਣਾਵਾਂਗੇ। ਠੀਕ ਹੈ ਜੀ, ਇਹ ਧਰਮ ਤਾਂ ਇਨਸਾਨੀਅਤ ਤੋਂ ਗਿਰ ਗਿਆ। ਬੰਦ ਕਰ ਜਰਾ।